ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਸਰ ਤੁਸੀਂ ਦੇਖਿਆ ਹੋਵੇਗਾ ਕਿ ਨਗਰ ਕੀਰਤਨਾਂ 'ਤੇ ਬ੍ਰੈਡ ਪਕੌੜੇ ਖਾ ਕੇ ਡਿਸਪੋਜ਼ੇਬਲ ਗਲਾਸਾਂ ਦੇ ਵਿੱਚ ਚਾਹ ਪੀ ਕੇ ਸੁੱਟ ਦਿੱਤੀ ਜਾਂਦੀ ਹੈ। ਫੰਕਸ਼ਨ ਕਰਕੇ ਘਰਾਂ ਨੂੰ ਲੋਕ ਵਾਪਸ ਚਲੇ ਜਾਂਦੇ ਨੇ, ਅਤੇ ਸਾਡੇ ਵਿੱਚ ਇਸ ਵੇਲੇ ਇੱਕ ਐਸੀ ਸੰਸਥਾ ਮੌਜੂਦ ਹੈ ਜਿਨ੍ਹਾਂ ਨੇ ਉਹ ਸੁੱਟੇ ਹੋਏ ਡਿਸਪੋਜ਼ੇਬਲ ਗਲਾਸਾਂ ਨੂੰ ਅਤੇ ਨਗਰ ਕੀਰਤਨ ਦੇ ਰਾਹੀਂ ਰਸਤੇ ਦੇ ਵਿੱਚ ਜੋ ਸਮਾਨ ਸੁੱਟ ਦਿੱਤਾ ਗਿਆ ਸੀ ਉਸ ਨੂੰ ਸੰਭਾਲਣ ਦੇ ਲਈ ਮੁਹਿੰਮ ਵਿੱਢੀ ਹੈ। ਇਹ ਵੀਰ ਸਾਰੇ ਸਾਡੇ ਕੋਲ ਖੜ੍ਹੇ ਨੇ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਵੀਰ ਜੀ, ਤੁਹਾਨੂੰ ਇਹ ਉਪਰਾਲਾ ਕਰਨਾ ਕਿੱਦਾਂ ਦਾ ਮਹਿਸੂਸ ਹੋ ਰਿਹਾ, ਕਿੱਦਾਂ ਦਾ ਲੱਗ ਰਿਹਾ? ਬਹੁਤ ਜ਼ਿਆਦਾ ਵਧੀਆ ਲੱਗ ਰਿਹਾ, ਬਾਕੀ ਸਾਨੂੰ ਪਿੱਛੇ ਸਾਲ ਹੀ ਵਾਹਿਗੁਰੂ ਜੀ ਨੇ ਸੇਵਾ ਦਿੱਤੀ ਸੀ ਸਾਨੂੰ, ਤੀਸਰਾ ਵੀ ਸਾਨੂੰ ਵਾਹਿਗੁਰੂ ਜੀ ਵੱਲੋਂ ਹੀ ਸੇਵਾ ਮਿਲੀ ਹੈ। ਇਸ ਕਰਕੇ ਸਾਰਾ ਗਰੁੱਪ ਅੱਜ NGO ਜਿਹੜੀ ਹੈਗੀ ਹੈ ਸਾਡੇ ਨਾਲ ਚੱਲ ਰਹੀ ਹੈ। ਇਹ ਕਿੱਦਾਂ ਤੁਸੀਂ ਕਿਵੇਂ ਸਿੱਖਿਆ? ਜਿਵੇਂ ਗੁਰੂ ਸਾਹਿਬ ਜੀ ਦਾ ਉਪਦੇਸ਼ ਹੈ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਪਾਣੀ ਦੀ ਸੰਭਾਲ ਕਰਨੀ, ਹਵਾ ਦੀ ਸੰਭਾਲ ਕਰਨੀ, ਇਹਨਾਂ ਚੀਜ਼ਾਂ ਤੋਂ ਤੁਸੀਂ ਕੀ ਸਿੱਖਿਆ ਲੈਂਦੇ ਹੋ? ਸਿੱਖਿਆ ਮਤਲਬ ਕਿ ਇਹੀ ਹੈ ਮੇਨ ਸਾਡਾ, ਮਤਲਬ ਕਿ ਹੈਗਾ ਗਰੀਬਾਂ ਦਾ ਮੇਨ, ਜਿੱਦਾਂ ਰੋਟੀ ਵਗੈਰਾ ਕਿਸੇ ਘਰੋਂ ਬਚ ਜਾਂਦੀ ਹੈ ਉਹ ਤੁਸੀਂ ਵੇਸਟ ਨਾ ਕਰੋ, ਸਾਨੂੰ ਕੋਲ ਵਗੈਰਾ ਕਰੋ, ਅਸੀਂ ਉਹ ਰੋਟੀ ਗਰੀਬਾਂ ਤੱਕ ਪਹੁੰਚਾਉਂਦੇ ਹਾਂ। ਸਾਡਾ ਮੇਨ ਮੋਟਿਵ ਹੈ ਵਾਲਾ ਸਾਨੂੰ ਸੇਵਾ। ਪਿਛਲੇ ਸਾਲ ਵੀ ਸਾਡੇ ਨਾਲ ਜੁੜੇ ਸੀਗੇ, ਅੱਜ ਵੀ ਅਸੀਂ ਉਹਨਾਂ ਨਾਲ ਹੀ ਮੁਤਾਬਿਕ ਚੱਲਦੇ ਪਏ। 550 ਸਾਲ ਦਾ ਪ੍ਰਕਾਸ਼ ਪੁਰਬ ਵੀ ਆ ਰਿਹਾ, ਉਸੇ ਕਾਰਨ ਜੋ ਮਹਾਰਾਜ ਨੇ ਸੇਵਾ ਸਾਨੂੰ ਦਿੱਤੀ ਹੋਈ ਹੈ। ਹਾਂਜੀ, ਡਿਸਪੋਜੇਬਲ ਗਲਾਸ ਜਿਹੜੇ ਹੈਗੇ ਨੇ, ਜਿਵੇਂ ਉਹ ਲੋਕ ਚਾਹ ਪੀ ਕੇ ਡਿਸਪੋਜੇਬਲ ਗਲਾਸ ਰਸਤੇ 'ਚ ਸੁੱਟ ਜਾਂਦੇ ਨੇ, ਅਤੇ ਸਾਡੇ ਹਿਸਾਬ ਦੇ ਨਾਲ ਨਗਰ ਕੀਰਤਨ ਕੀ ਕੁਝ ਸੁਣਦੇ ਵੀ ਨਹੀਂ, ਜਾਂ ਗੁਰੂ ਬਾਬਾ ਜੀ ਨੇ ਕੀ ਉਪਦੇਸ਼ ਦਿੱਤਾ ਉਹ ਵੀ ਨਹੀਂ ਸੁਣਦੇ, ਜੀਵਨ 'ਤੇ ਲੈ ਕੇ ਆਉਣਾ ਤਾਂ ਬਹੁਤ ਦੂਰ ਦੀ ਗੱਲ ਹੋ ਗਈ ਆ। ਚਲੋ ਸਾਰੇ ਇੱਕੋ ਜਿਹੇ ਨਹੀਂ ਹੁੰਦੇ, ਕੁਝ ਮੰਨਣ ਵਾਲੇ ਵੀ ਹੁੰਦੇ ਹੋਣਗੇ, ਉਹ ਵੀ ਆਪਾਂ ਮੰਨਦੇ ਹਾਂ, ਅਤੇ ਪਰ ਕੀ ਇਹਨਾਂ ਗਲਾਸਾਂ ਨੂੰ ਇੱਥੇ ਸੁੱਟ ਜਾਣਾ, ਜਿਵੇਂ ਤੁਸੀਂ ਸੇਵਾ ਦੇ ਵਿੱਚ ਲੱਗੇ ਹੋਏ ਹੋ, ਅਤੇ ਇਹ ਤੁਹਾਨੂੰ ਕਿੱਥੋਂ ਫੀਲ, ਕਿੱਦਾਂ ਅੰਦਰੋਂ ਮਹਿਸੂਸ ਹੁੰਦਾ ਵੀ ਅਸੀਂ ਇਹ ਸੇਵਾ ਕਰ ਰਹੇ ਹਾਂ? ਇਹ ਸਾਨੂੰ ਖੁਦ ਹੀ ਸਾਡੀ ਟੀਮ ਵਰਕ ਨੇ ਹੀ ਸੋਚਿਆ ਕਿ ਅਸੀਂ ਲਾਸਟ ਈਅਰ ਵੀ ਇਹੀ ਕੰਮ ਕੀਤਾ ਸੀਗਾ, ਅਤੇ ਸਾਰਾ ਉਦੋਂ ਸਾਡਾ ਵੀ ਇਹ ਫਸਟ ਐਕਸਪੀਰੀਅੰਸ ਸੀ। ਉਸ ਤੋਂ ਅਸੀਂ ਕੁਛ ਸਿੱਖਿਆ ਕਿ ਜਦੋਂ ਵੀ ਇਹ ਜਿਹੜੀ ਸੇਵਾ ਕਰਨ ਨਾਲ ਇੱਕ ਤਾਂ ਸਾਡਾ ਜਿਹੜਾ ਪੂਰਾ ਐਨਵਾਇਰਮੈਂਟ ਆ ਉਹ ਸਹੀ ਰਹੂਗਾ, ਕਿਉਂਕਿ ਦੇਖੋ ਇਹ ਡਿਸਪੋਜ਼ੇਬਲ ਹੈਗੀ ਹੈ, ਜੇ ਇਹਨੂੰ ਅਸੀਂ ਅੱਗ ਵੀ ਲਗਾਉਂਦੇ ਹਾਂ ਤਾਂ ਇਹਦਾ ਜਿਹੜਾ ਅਸਰ ਉਹ ਸਾਡੇ 'ਤੇ ਹੀ ਹੈ। ਠੀਕ ਹੈ, ਸਾਡੇ ਵੱਲੋਂ ਹੀ ਕੀਤਾ ਗਿਆ, ਕੋਈ ਵੀ ਮਾੜਾ ਕੰਮ ਉਹ ਸਾਡੇ 'ਤੇ ਹੀ ਪੈਂਦਾ ਆ ਕੇ, ਜਾਂ ਸਾਡੀ ਕੁਦਰਤ 'ਤੇ ਸਾਡਾ ਇਨਵਾਇਰਮੈਂਟ ਸਾਰਾ ਖਰਾਬ ਹੁੰਦਾ। ਇਸ ਕਰਕੇ ਅਸੀਂ ਇਹ ਸਾਰੀ ਟੀਮ ਨੇ ਅਤੇ ਸਾਡੇ ਨਾਲ ਇੱਕ ਮਾਰਕ ਫੈਡ ਤੋਂ ਹੈਗੇ ਹੈ, ਨਾਲ ਗੁਰੂ ਵੀ ਸੰਤੀ ਹੈ, ਉਹਨਾਂ ਨੇ ਸਾਨੂੰ ਕਿਹਾ ਕਿ ਤੁਸੀਂ ਸਾਡੇ ਨਾਲ ਰਲ ਕੇ ਕੰਮ ਕਰੋ ਅਤੇ ਆਪਾਂ ਰਲ ਕੇ ਮੁਹਿੰਮ ਨੂੰ ਚਲਾਵਾਂਗੇ। ਉਹ ਕਾਫੀ ਟਾਈਮ ਤੋਂ ਕਰ ਰਹੇ ਆ, ਬਟ ਅਸੀਂ ਲਾਸਟ ਈਅਰ ਤੋਂ ਉਹਨਾਂ ਦੇ ਨਾਲ ਜੁੜੇ ਹਾਂ, ਅਤੇ ਸਾਨੂੰ ਬਹੁਤ ਵਧੀਆ ਆਤਮਿਕ ਸ਼ਾਂਤੀ ਵੀ ਮਿਲਦੀ ਹੈ, ਅਸੀਂ ਖੁਸ਼ ਰਹਿੰਦੇ ਹਾਂ। ਸਾਰੇ ਜੋਬ ਕਰਦੇ ਆ, ਕੁਛ ਸਾਡੇ ਨਾਲ ਮੇਰੇ ਨਾਲ ਸਟੂਡੈਂਟ ਹੈ, ਇਹ ਸਾਰੇ ਪੜ੍ਹਦੇ ਆ, ਕੁਛ ਜੋਬ ਕਰਦੇ ਆ, ਬਿਜ਼ਨਸਮੈਨ ਹੈ। ਮੀਨਸ ਅਸੀਂ ਆਪਣਾ ਟਾਈਮ ਕੱਢ ਕੇ ਪੂਰਾ ਅਤੇ ਇਸ ਪੈਦਲ ਯਾਤਰਾ ਦੇ ਵਿੱਚ ਇਹ ਸੇਵਾ ਲਈ ਹੋਈ ਹੈ। ਹਾਂਜੀ, ਹੋਰ ਵੀ ਇਸ ਦੇ ਨਾਲ ਨਾਲ ਤੁਸੀਂ ਕੁਝ ਕਰ ਰਹੇ ਹੋ? ਇਸ ਦੇ ਨਾਲ ਅਸੀਂ ਸਾਡੀ ਵੈਸੇ ਤਾਂ ਜਿਹੜੀ ਇਹ ਰੋਬਿਨ ਹੁੱਡ ਆਰਮੀ ਹੈ ਨਾ, ਇਹ ਇੰਟਰਨੈਸ਼ਨਲ ਹੈਗੀ ਆ, ਅਤੇ ਇਹਦੇ ਵਿੱਚ ਸਾਨੂੰ ਇਹ ਕਿਹਾ ਕਿ ਜਿਹੜਾ ਤੁਸੀਂ ਖਾਣਾ ਬਚ ਜਾਂਦਾ ਵੀ ਸਰਵ ਕਰਨਾ ਹੰਗਰੀ ਪੀਪਲਸ ਨੂੰ, ਅਸੀਂ ਉਹਨਾਂ ਸਭ ਨੂੰ, ਜਿਵੇਂ ਚਾਹੇ ਸਾਨੂੰ ਕਿਸੇ ਵੀ ਰੈਸਟੋਰੈਂਟ ਤੋਂ ਕਾਲ ਆ ਜਾਵੇ ਜਾਂ ਕਿਸੇ ਵੀ ਕੋਈ ਕਿਸੇ ਦੇ ਘਰ ਫੰਕਸ਼ਨ ਹੈ, ਫੂਡ ਬਚ ਗਿਆ ਤਾਂ ਅਸੀਂ ਕਹਿੰਦੇ ਹਾਂ ਕਿ ਉਹ ਤੁਸੀਂ ਇੱਧਰ ਉੱਧਰ ਥਰੋ ਕਰਨ ਦੀ ਬਜਾਏ ਤਾਂ ਤੁਸੀਂ ਸਾਨੂੰ ਖੁਦ ਦਿਓ ਕਿ ਅਸੀਂ ਸਲੰਮ ਏਰੀਆ ਜਾਂ ਝੁੱਗੀਆਂ ਝੌਂਪੜੀਆਂ ਵਾਲੇ ਜੋ ਕੋਈ ਵੀ ਵਿਲਿੰਗ ਹੈਗਾ ਖਾਣੇ ਲਈ, ਕੋਈ ਭੁੱਖ ਹੈ, ਅਸੀਂ ਉਹਨੂੰ ਉਹਨਾਂ 'ਚ ਡਿਸਟ੍ਰੀਬਿਊਟ ਕਰ ਦਿੰਦੇ ਹਾਂ। ਸੰਡੇ ਟੂ ਸੰਡੇ ਸਾਡੀ ਡਰਾਈਵ ਹੁੰਦੀ ਹੈ ਜਿਹਦੇ ਵਿੱਚ ਅਸੀਂ ਕਿਤੇ ਵੀ ਕਿਸੇ ਵੀ ਸਲੰਮ ਏਰੀਆ 'ਚ ਜਾ ਕੇ ਕਿਸੇ ਦਾ ਬਰਥਡੇ ਹੈ ਜਾਂ ਕਿਸੇ ਦੀ ਮੈਰਿਜ ਐਨਵਰਸਰੀ ਹੈ ਜਾਂ ਕੁਛ ਹੈ, ਅਸੀਂ ਸੈਲੀਬ੍ਰੇਟ ਕਰਦੇ ਹਾਂ। ਹਾਂਜੀ ਭੈਣ ਜੀ, ਤੁਸੀਂ ਕਿੱਦਾਂ ਮਹਿਸੂਸ ਕਰਦੇ ਹੋ ਵੀ ਗੁਰੂ ਨਾਨਕ ਸਾਹਿਬ ਜੀ ਦਾ ਜੋ ਉਪਦੇਸ਼ ਹੈ ਇਹ ਸਾਰਿਆਂ ਦੇ ਲਈ ਸਾਂਝਾ ਹੈ ਜਾਂ ਕੇਵਲ ਸਿੱਖਾਂ ਦੇ ਲਈ ਹੈ? ਨਹੀਂ, ਇਹ ਸਾਰਿਆਂ ਲਈ ਸਾਂਝਾ ਹੈਗਾ। ਅੱਛਾ, ਤੁਸੀਂ ਇਸ ਚੀਜ਼ ਨੂੰ ਲੈ ਕੇ ਚੱਲੇ ਹੋ ਵੀ ਗੁਰੂ ਸਾਹਿਬ ਦਾ ਉਪਦੇਸ਼ ਸਾਰਿਆਂ ਦੇ ਲਈ ਸਾਂਝਾ ਹੈ ਅਤੇ ਅਸੀਂ ਵੀ ਗੁਰੂ ਸਾਹਿਬ ਜੀ ਦੀ ਇਹ ਗੱਲ ਨੂੰ ਮੰਨ ਕੇ ਚੱਲਣਾ ਹੈ। ਬਹੁਤ ਬਹੁਤ ਧੰਨਵਾਦ ਜੀ। ਅਸੀਂ ਦੇਖਿਆ ਕਿ ਇਹ ਵੀਰ ਰਸਤੇ ਦੇ ਵਿੱਚ ਕਪੂਰਥਲੇ ਤੋਂ ਸੁਲਤਾਨਪੁਰ ਰੋਡ ਦੇ ਉੱਪਰ ਡਿਸਪੋਜੇਬਲ
ਜਿਹੜੇ ਗਲਾਸ ਨੇ ਉਹ ਚੱਕ ਰਹੇ ਨੇ ਅਤੇ ਰਸਤੇ ਦੇ ਵਿੱਚ ਸੇਵਾ ਕਰ ਰਹੇ ਨੇ। ਜਿਸ ਤਰ੍ਹਾਂ ਅਸੀਂ ਪਹਿਲਾਂ ਦੱਸ ਚੁੱਕੇ ਹਾਂ ਕਿ ਨਗਰ ਕੀਰਤਨ ਦੇ ਦੌਰਾਨ ਸਿੱਟੇ ਹੋਏ ਇਹ ਚੀਜ਼ਾਂ ਕਿੰਨੀਆਂ ਨੁਕਸਾਨਦੇਹ ਹੁੰਦੀਆਂ ਨੇ, ਇਹ ਸਿੱਟੀਆਂ ਹੋਈਆਂ ਚੀਜ਼ਾਂ ਕਿੰਨੀਆਂ ਨੁਕਸਾਨਦੇਹ ਹੁੰਦੀਆਂ ਇਹ ਸਾਨੂੰ ਵੀ ਪਤਾ ਹੈ। ਪ੍ਰਦੂਸ਼ਣ ਫੈਲਦਾ ਹੈ, ਬਿਮਾਰੀਆਂ ਲੱਗਦੀਆਂ ਹੈ, ਅਤੇ ਇਹਨਾਂ ਚੀਜ਼ਾਂ ਤੋਂ ਅਸੀਂ ਬਚ ਕੇ ਰਹਿਣਾ ਹੈ। ਸੁਰਖਾਬ ਟੀ ਵੀ ਤੋਂ ਅਮਰਪ੍ਰੀਤ ਸਿੰਘ ਗੁੱਜਰਵਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।